ਖਰੜ ਦੇ ਸਥਾਨਕ ਰੈਸਟ ਹਾਊਸ ਵਿਖੇ ਇਸ ਹਲਕੇ ਦੇ ਆਮ ਆਦਮੀ ਪਾਰਟੀ ਖਰੜ ਦੇ ਵਿਧਾਇਕ ਸ੍ਰੀ ਕੰਵਰ ਸੰਧੂ ਵੱਲੋਂ ਇਸ ਇਲਾਕੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਬਿਜਲੀ, ਪਾਣੀ, ਬਰਸਾਤੀ ਪਾਣੀ ਦਾ ਨਿਕਾਸ, ਟੁੱਟੀਆਂ ਸੜਕਾਂ, ਪੈਨਸ਼ਨਾਂ, ਜ਼ਮੀਨਾਂ ਤੇ ਅਫਸਰਾਂ ਦੀ ਮਿਲੀ ਭਗਤ ਨਾਲ ਨਜਾਇਜ਼ ਕਬਜ਼ੇ ਕਰਨ ਦੀ ਰਚੀ ਜਾ ਰਹੀ ਸਾਜ਼ਿਸ਼ ਅਤੇ ਦਫ਼ਤਰਾਂ ਦੇ ਭ੍ਰਿਸ਼ਟਾਚਾਰ ਸੰਬੰਧੀ ਖੁੱਲ੍ਹ ਕੇ ਸ਼ਿਕਾਇਤਾਂ ਕੀਤੀਆਂ ਗਈਆਂ। ਸੋ ਕੋਸ਼ਿਸ਼ ਕਰਾਂਗੇ ਵੀ ਐਕੀ ਕਰਕੇ ਪ੍ਰਾਇਰਟੀ 'ਤੇ ਆਪਾਂ ਇਹ ਮਸਲੇ ਟੇਕਅਪ ਕਰੀਏ। ਗਲੀਆਂ, ਪਾਣੀ ਦਾ ਪੀਣ ਦਾ ਮਸਲਾ, ਪੇਵਰ ਨਹੀਂ ਲੱਗੇ ਕਈ ਥਾਵਾਂ 'ਤੇ, ਬਿਜਲੀ ਦੀ ਪ੍ਰੋਬਲਮ, ਡਰਿੰਕਿੰਗ। ਸੋ ਇਹ ਮੇਰੇ ਖਿਆਲ ਕੁਝ ਮਸਲੇ ਜਿਹੜੇ ਆ ਉਹ ਡੀ ਸੀ ਦੇ ਨਾਲ, ਐਸ ਡੀ ਐਮ ਦੇ ਨਾਲ, ਪਰ ਕਿਉਂਕਿ ਇਹਦੇ 'ਚ ਇਨਫਲੂਐਂਸ਼ਲ ਲੋਕ ਇਨਵੋਲਵਡ ਆ, ਮੇਰੇ ਖਿਆਲ ਸ਼ਾਇਦ ਉਹ ਵੀ ਆਪਣੇ ਲੈਵਲ 'ਤੇ ਕੁਝ ਨਹੀਂ ਕਰ ਸਕਣਾ। ਸੋ ਇਹ ਮਸਲੇ ਮੇਰਾ ਪਲਾਨ ਆ ਵੀ ਅਗਲੇ ਦਿਨਾਂ ਦੇ ਵਿੱਚ ਮੈਂ ਸੀ ਐਮ ਜਾਂ ਉਹਨਾਂ ਦੇ ਆਫਿਸ ਦੇ ਸੰਬੰਧਿਤ ਜਿਹੜਾ ਮਸਲਾ ਅਧਿਕਾਰੀ ਆ ਉਹਦੇ ਨਾਲ ਟੇਕਅਪ। ਖਰੜ ਤੋਂ ਡੇਵਿਡ ਵਰਮਾ ਦੀ ਰਿਪੋਰਟ, ਚਾਓ।